हां जी श्रीकाल सारे भैणां ते भरावां नूं उम्मीद करदा वी तुसी सारे तंदुरुस्त होवोगे खुश होवोगे आपदी फैमिली नाल इंजॉय कर रहे होवोगे वधिया तुहाडा सारा एक नंबर च माहौल होगा ठीक है। ते बाकी तुसी जिवें कि देखी आ पिछले ब्लॉग च ना भी आपां आए हुए सी इधर सहुरे घर है ना मिलन आए हुए सीगे ते खेत गए सीगे तुसी पिछला ब्लॉग जे नहीं देखिया तां देख लिओ। ते अज आपां जाणांगे अपने घरें पिंड नूं ते उधरों तैयार होई जांदे ने आपां तां तुहानूं पता तैयार ही आना उन्नी चिर च मां चल एक शॉट ले लईए ते हुण मैं तां आपां तां अईं वग जांगे आपां नूं कोई दिक्कत वाली गल है ही नहीं है ना हुण कहिड़ा अपना रिश्ता मुड़ता है सही गल आ। ते आपां बस चलदे हां पिंड वल नूं ते इहदे च इक खास गल इह है भी आपां घरे दस्सिया नहीं हैगा भी अज असीं पिंड आउणा है ना तड़के मम्मी दा फोन आया सीगा ते मैं ऐ कहता मैं अज असीं कम्म जाणा सी अज आ नहीं सकदे मैं एक दो दिनां नूं आवांगे उहीं कहता मैं सिड़ता स्टंट है ना हुण अहीं बग जाए कुछ नहीं हुंदा मैं जाके जदों हारन मारांगे फिर एकदम खुशी जी बाली होऊ है ना ते मैं अज दसता पहला फिर उस बाद नहीं रहिंदा तां करके दस्या नहीं हैगा। ते चलदे हां ना आपां पिंड वल नूं बस तैयार हो जांदा उहनां नूं ते आपां चलदे हां ते बाकी तुहानूं पता वी इक नंबर च माहौल आ सारा ते तुसीं उन्ने चिर च मेरा भरा लाइक दब दो सबसक्राइब दब दो ते बाकी जे वधिया लगदा शेयर शूर करदे करो नहीं ना करिया करो ते बाकी मैं भी माड़ा मोटा धोला पैर हथ ना पालिए बूट ते बाकी चलदे हां जट्टो जांदे वसदे रहो जुड़े रहो चलदे हां लव यू हाँ ओके ਤੇਰਨਾ ਬਹਿ ਕੇ ਗੱਡੀ ਹੌਲੀ ਚਲਾਉਣਾ ਵਾ ਦੇਖ 70 ਤੇ 72 ਤੇ ਜਦੋਂ ਮੈਂ ਇਕੱਲਾ ਹੁੰਦਾ ਉਦੋਂ ਨਹੀਂ ਹੌਲੀ ਚਲਾਉਂਦਾ ਸ਼ਿਕਾਇਤ ਕਰਕੇ ਕਾਹਨੂੰ ਵੈਸੇ ਹੌਲੀ ਚਲਾਉਣਾ ਵਾ ਮੈਨੂੰ ਪਤਾ ਵੀ ਬਾਲ ਬੱਚੇ ਨਾਲ ਨੇ ਸਿਆਣਾ ਹੋ ਗਿਆ ਮੈਂ ਅੱਗੇ ਨਾ ਉਹ ਮੀਟਰ ਵਾਲੀ ਥਾਂ 'ਤੇ ਤੇਰੀ ਫੋਟੋ ਲਵਾਉਣ ਵਾਲੀ ਆ ਫਿਰ ਮੇਰੇ ਯਾਦ ਆ ਜਾ ਕਰੂ ਵੀ ਪਤਨੀ ਵੀ ਹੈਗੀ ਹੈ ਆਏ ਹਾਏ ਹਾਏ ਆ ਕੀ ਵੱਜਿਆ ਹੋਵੇ ਕੀ ਵੱਜਿਆ ਪਤਾ ਨਹੀਂ ਕੀ ਵੱਜਿਆ ਹੈ ਡਲੀ ਡੁਲੀ ਵੱਜੀ ਹੋਊ ਨਾ ਆਏ ਨਹੀਂ ਫੋਟੋ ਦਾ ਦੇਖ ਲਾ ਤੇਰੇ ਕਰਕੇ ਇੰਨੀ ਗੱਡੀ ਹੌਲੀ ਚਲਾਉਣ ਲੱਗ ਗਿਆ ਮੈਂ ਪਹਿਲਾਂ ਵਾਲੇ ਹੁੰਦੇ ਗੱਡੀ ਚਾੜ ਦੇਣਾ ਸੀ ਹੁਣ ਮੈਂ ਸਿਆਣਾ ਹੋ ਗਿਆ ਅੱਗੇ ਨਾ ਬਹੁਤ ਜ਼ਿਆਦੇ ਉਮਰ ਦੇ ਹਿਸਾਬ ਨਾਲ ਦੂਣਾ ਰੁਤਬ ਹੋ ਗਿਆ ਮੇਰਾ ਕਿਆ 24 ਦੀ ਐਵਰੇਜ ਦੇਖ ਗੱਡੀ ਦੀ ਹੋਏ ਕਿੰਨੀ ਦੇਈ ਜਾਂਦੀ ਹੈ 24.8 ਦੀ ਐਵਰੇਜ ਦੇਈ ਜਾਂਦੀ ਹੈ 24.8 ਜੇ ਮੈਂ ਥੋੜ੍ਹੀ ਜਿਹੀ ਹੋਰ ਸਲੋ ਧੋਰਾਂ ਨਾ ਫਿਰ ਇੱਦੋਂ ਵੀ ਵੱਧ ਦੇਊਗੀ ਐਵਰੇਜ ਤਾਂ ਵਾਲੀ ਹੁੰਦੀ ਹੈ ਗੱਡੀ ਵਾਲੀ ਸਿਰੇ ਦੀ ਗੱਡੀ ਹੈ ਉਹ ਹੀ ਤਾਂ ਹੈਗੀ ਹੈ ਰਾਜਨ ਕੀ ਚੀਜ਼ ਹੈ ਉਹ ਗੱਡੀ ਨਹੀਂ ਬ੍ਰੀਜਾ ਹੀ ਹੈ ਗੱਡੀ ਤਾਂ ਬ੍ਰੀਜਾ ਉਹ ਨਹੀਂ ਹੈਗੀ ਕਰਨ ਦੀ ਨਹੀਂ ਹੈਗੀ ਹੋ ਸਕਦਾ ਉਹਦੀ ਹੋਵੇ ਮੈਂ ਤਾਂ ਉਹੀ ਕਹਿਤਾ ਉਹਦੀ ਹੋਈ ਹੈ ਅੱਛਾ ਦੇਖੀ ਤੋਂ ਨਹੀਂ ਜਲਾ ਕੇ ਉਹਦੇ ਕਹਿੰਦੇ ਸੀ ਇਹ ਵਿਆਹਣ ਨੇ ਪਿੰਡ ਜਾਣਾ ਸੀਗਾ ਕੋਲ ਲਾ ਕੇ ਦੇਖੀ ਉਹ ਨਹੀਂ ਹੈਗੀ ਕਿੰਨਾ ਨੰਬਰ ਆ ਰਾਣਾ ਨੰਬਰ ਪਾ ਕੇ ਸੈਲਫੀਆਂ ਸੋਹਣੀ ਕਦੇ ਕਰਿਆ ਅੰਜ ਕਹਿੰਦਾ ਉਹ ਆ ਗਿਆ ਹੰਨਣਿਆ ਉਹ ਤਰਨ ਸਾਰਿਆਂ ਦਾ ਪਿੰਡ ਨਹੀਂ ਬਸ ਸਾਰਿਆਂ ਦਾ ਪਿੰਡ ਤਰ ਆਉਣ ਵਾਲਾ ਕਾਕਾ ਬਸ ਤੂੰ ਬੈਠ ਰਿਹਾ 2 ਮਿੰਟਾਂ ਦੀ ਖੇਡ ਆ ਸਾਰੀ ਜੇ ਮੂਹਰੇ ਆਪਣੇ ਟਰੱਕ ਨਾ ਲੱਗਿਆ ਹੁੰਦਾ ਉਹਨੂੰ ਤਾਂ ਆ ਹੀ ਜਾਂਦੇ ਆਪਾਂ ਪਹੁੰਚ ਹੀ ਜਾਂਦੇ ਹਨ 26.2 ਦੀ ਐਵਰੇਜ ਦੇਈ ਜਾਂਦੀ ਹੈ ਪਿੰਡ ਆ ਗਿਆ ਦੱਸਣਾ ਨਹੀਂ ਹੈਗਾ ਕਿਉਂਕਿ ਕਦੋਂ ਵੀ ਫੀਲਡਿੰਗ ਲੱਗ ਸਕਦੀ ਹੈ ਜਿਹੜੀ ਆਪਾਂ ਪਿੰਡ ਦੱਸਤਾ ਹਾਂ ਉਹ ਪਿੰਡ ਆ ਗਿਆ ਜਿੱਥੇ ਮੈਂ ਜਿਹੜਾ ਕਹਿੰਦੀ ਸੀ ਆ ਪੰਪ ਆ ਗਿਆ ਹਾਂ ਉਹ ਪਿੰਡ ਆ ਗਿਆ ਜਿੱਥੇ ਤੂੰ ਕਹਿੰਦੀ ਸੀ ਪੰਪ ਆ ਗਿਆ ਸਹੀ ਗੱਲ ਹੈ ਸਹੀ ਸਹੀ ਗੱਲ ਹੈ ਦਾਨੇ ਵਾਲਾ ਆ ਗਿਆ ਨਹੀਂ ਦਾਨੇ ਵਾਲਾ ਨਹੀਂ ਆਇਆ ਪਿੰਡ ਦਾ ਨਾਂ ਨਹੀਂ ਲੈਂਦੇ ਹੁੰਦੇ ਕਦੇ ਵਾਸਤੇ ਨੰਦਗੜਾ ਨਾ ਨਹੀਂ ਲੈਂਦੇ ਹੁੰਦੇ ਪਿੰਡ ਦਾ ਫੀਲਡਿੰਗ ਲੱਗ ਜਾਂਦੀ ਹੁੰਦੀ ਆ ਫੀਲਡਿੰਗ ਇਹ ਸਿਕਿਉਰਟੀ ਦੀਆਂ ਚੀਜ਼ਾਂ ਹੁੰਦੀਆਂ ਦੱਸਣ ਨਹੀਂ ਚਾਹੀਦੀ ਹੁੰਦੀ ਕਾਕਾ ਕੀ ਲੱਗ ਜਾਂਦੀ ਆ ਫੀਲਡਿੰਗ ਲੱਗ ਜਾਂਦੀ ਹੁੰਦੀ ਆ ਕੀ ਹੁੰਦਾ ਫੀਲਡਿੰਗ ਮਤਲਬ ਵੀ ਫੀਲਡਿੰਗ ਕਈ ਵਾਰੀ ਨਾ ਟਾਈਮ ਚ ਕਹਿ ਦਿੰਦਾ ਹੁੰਦਾ ਨੇ ਇਸ ਵਾਰੀ ਦੱਸ ਦੇ ਨਹੀਂ ਹੁੰਦੇ ਇਹ ਗੱਲਾਂ ਟਾਈਮ ਤਾਂ ਕੋਈ ਆਪਣੇ ਚ ਫਿਰ ਵੀ ਸਿਕਿਉਰਟੀ ਜ਼ਰੂਰੀ ਹੁੰਦੀ ਆ ਬੇਟਾ ਲੋਕਾਂ ਦਾ ਕੀ ਕਹਿ ਕਰ ਸਕਦੇ ਆ ਨਾ ਆਪਾਂ ਬੇਸ਼ੱਕ ਆਪਾਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਫੇਰ ਵੀ ਕਹਿੰਦਾ ਤਾਂ ਕੋਈ ਨਹੀਂ ਕਿਸੇ ਨੂੰ ਕੁਛ ਇੱਥੇ ਹੁਣ ਕੀ ਕਰ ਸਕਦੇ ਹਾਂ ਨਾ ਲੋਕ ਭੁੱਖੇ ਮਰਦੇ ਕੀ ਪਤਾ ਕਿਸੇ ਦਾ ਆਪਾਂ ਤਾਂ ਫਿਰ ਐਂ ਦੀ ਜਾਵਾਂਗੇ ਯਾਰ ਤਾਂ ਫਿਰ ਪੁੱਠੇ ਚੱਲਦੇ ਨੇ ਯਾਰ ਤਾਂ ਇੱਧਰ ਦੀ ਜਾਣਗੇ ਇੱਧਰ ਕਿੱਧਰ ਆਏ
ਐਤਵਾਰ ਨੂੰ ਜੰਮਿਆ ਸੀਗਾ ਵਿਹਲੇ ਦਿਨ ਵਿਹਲਾ ਰਹਿਣਾ ਤਾਹੀ ਦਾ ਤੇ ਅੱਜ ਆਪਾਂ ਅੱਜ ਦਿਨ ਉਹ ਵੀ ਦਵਾਉਣੇ ਆ ਸ਼ੂਜ ਦਵਾਉਣੇ ਤੇਰੇ ਕੋਲ ਚੱਲ ਕਿੰਨੀ ਉਮਾ 25 ਕਿਲੋ ਹੋਊਗੀ ਤੂੰ ਕਹਿ ਗਈ ਸੀ ਕੋਲੇ ਜਦੋਂ ਤੋਲੀ ਸੀ ਅੱਜ ਖੰਡ ਦੀ ਬੋਰੀ ਤੋਲ ਕੇ ਅਮਨ ਕੇ ਸਿੱਟ ਕੇ ਆਏ ਸੀ ਤੇ ਜਦੋਂ ਮੈਂ ਤੋਲੀ ਉਹੀ 25 ਕਿਲੋ ਗੁੱਟ ਫੜ ਕੇ ਨਾਪ ਲੈ ਲੈਂਦੇ ਵੀ ਤੇਰੇ ਐ ਨੰਬਰ ਚੁੜੀ ਪੂਜੀ ਬਾਈ ਐ ਹੁੰਦੇ ਅਸੀਂ ਸਮਝਦਾ ਮੇਰੀ ਗੱਲ ਤੇ ਆਪਣਾ ਖੇਤ ਆਊਗਾ ਖੇਤ ਤਾਂ ਨੀ ਦੇਖਣਾ ਸਪੈਸ਼ਲ ਆਵਾਂਗੇ ਚੱਲ ਕੋਈ ਨਾ ਸਪੈਸ਼ਲ ਆ ਜਾਵਾਂਗੇ ਨਾਲੇ ਮੰਮੀ ਨੂੰ ਲਿਆਵਾਂਗੇ ਨਾਲੇ ਪਾਪੇ ਨੂੰ ਲਿਆਵਾਂਗੇ ਹਾਏ ਮੇਰੇ ਪਾਪਾ ਹਾਏ ਮੇਰੇ ਪਾਪਾ ਹਾਏ ਮੇਰੇ ਪਾਪਾ ਉਹਦੇ ਠੰਡ ਘੱਟ ਸੀ ਹਨਾ ਘੱਟ ਸੀ ਉਦੋਂ ਤਾਂ ਧੁੱਪ ਸੀ ਹੁਣ ਤਾਂ ਧੁੰਦੀ ਵਾਲੀ ਪੈਣ ਲੱਗ ਰਹੀ ਆ ਤਾਂ ਕਿਤੇ ਜਾਣ ਵਾਲਾ ਕੰਮ ਹੀ ਨੀ ਅੱਜ ਤਾਂ ਧੁੰਦ ਘੱਟ ਵਾਲੇ ਅੱਜ ਤਾਂ ਸੈਟਿੰਗ ਚ ਕੰਮ ਸਹੀ ਗੱਲ ਹੈ ਬੜਾ ਪਿਆਰਾ ਬੱਚਾ ਬਹੁਤ ਜ਼ਿਆਦਾ ਮੈਂ ਵੀ ਇੰਨੀ ਪਿਆਰਾ ਹੁੰਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਜਿਵੇਂ ਜਿਵੇਂ ਮੈਂ ਵੱਡਾ ਹੋ ਗਿਆ ਮੇਰੇ ਚ ਪਿਆਰ ਮੁੱਕ ਗਿਆ ਮੈਂ ਨਿਰਦਈ ਹੋ ਗਿਆ ਜੀ ਮੈਨੂੰ ਲੋਕਾਂ ਨੇ ਨਿਰਦਈ ਕਰਤਾ ਜੀ ਨਿੱਕਾ ਜਿਹਾ ਪਿਆਰਾ ਜਿਹਾ ਕਾਕੂ ਆ ਇਹ ਦਿਸਦਾ ਨੀ ਦੂਰ ਬਹੁਤ ਆ ਜਾਂਦਾ ਅਰੇ ਹੋ ਬੇਟਾ ਡੈਡੀ ਦੇ ਹਾਂ ਜੂਮ ਕਰਕੇ ਉਹ ਛੋਟਾ ਜਿਹਾ ਜਵਾਕ ਬੈਠਾ ਉਹਦੇ 'ਚ ਬਾਹਲਾ ਪਿਆਰਾ ਹੈ ਚੰਦਰਾ ਇੰਨਾ ਪਿਆਰਾ ਜਮਾਂ ਮੇਰੇ 'ਤੇ ਵੱਗ ਗਿਆ ਕਹਿੰਦੇ ਜਰਾ ਕੀ ਕਹਿਣ ਡਿਆ ਖਾਣਾ ਕੁਛ ਹੋਏ ਖਾ ਲੈ ਖਾ ਲੈ ਓਏ ਖਾ ਲੈ ਓਏ ਮੰਨ ਲੈ ਮੇਰੀ ਗੱਲ ਮੰਨ ਜੂਸ ਪੀਣਾ ਜੂਸ ਪੀ ਲੈ ਗੋਲਗੱਪੇ ਖਾ ਲੈ ਸੇਬ ਖਾ ਲੈ ਫੁੱਲ ਗੋਭੀ ਖਾ ਲੈ ਬੰਦ ਗੋਭੀ ਖਾ ਲੈ ਸ਼ੂਜ਼ ਲੈਣੇ ਆ ਸਾਂਤਾ ਲੈ ਲੈ ਜੇ ਆਪਾਂ ਟਾਈਲੇ ਬਾਣੀਆਂ ਤੋਂ ਲੈ ਲਈਏ ਹੈਂ ਟਾਈਲੇ ਤੋਂ ਲੈ ਲਈਏ ਅਸੀਂ ਨਾ ਹੁਣ ਪਿੰਡ ਪਹੁੰਚ ਗਏ ਸੀਗੇ ਆਪਣੇ ਅਤੇ ਮੰਮੀ ਨੂੰ ਅਸੀਂ ਦੱਸਿਆ ਨਹੀਂ ਸੀਗਾ ਵੀ ਅੱਜ ਅਸੀਂ ਆਉਣਾ ਅਤੇ ਹੁਣ ਜਾ ਕੇ ਨਾ ਮੈਂ ਜਦੋਂ ਹਾਰਨ ਮਾਰੂੰਗਾ ਆਪਾਂ ਮੰਮੀ ਦਾ ਮੂੰਹ ਵੇਖਾਂ ਵੀ ਕਿੰਨੀ ਕੁ ਹੋ ਸਕੀ ਸਾਹਿਬ ਤੱਕ ਅਸੀਂ ਐਂ ਤੜਕੇ ਗੱਲ ਹੋਈ ਸੀ ਅਸੀਂ ਐਂ ਕਿਹਾ ਸੀ ਵੀ ਕੱਲ੍ਹ ਨੂੰ ਆਵਾਂਗੇ ਵੀ ਅੱਜ ਅਸੀਂ ਕੰਮ ਜਾਣਾ ਹੈ ਨਾ ਹੋਰ ਕਿਤੇ ਨਹੀਂ ਕਹਿਤਾ ਸੀ ਹੁਣ ਦੇਖ ਲੈਣ ਸਾਹਿਬ ਪਤਾ ਕੀ ਕਰਦੀ ਹੈ ਘਰ ਹੋਵੇ ਤਾਂ ਵੀ ਜੰਗ ਇਹਨੂੰ ਐਂ ਹੋਊ ਵੀ ਪਤਾ ਨਹੀਂ ਕਿਹੜਾ ਵਾ ਪਾਗਲ ਜਿਹਾ ਹਾਰਨ ਮਾਰੀ ਜਾਂਦੇ ਐਡੀ ਜ਼ੋਰ ਜ਼ੋਰ ਦੀ ਘਰੇ ਨਹੀਂ ਹੋਣੀ ਮੇਰੇ ਹਿਸਾਬ ਨਾਲ ਆ ਗਈ ਆਏ
ਅੱਖਾਂ ਚ ਪਾਣੀ ਆ ਗਿਆ ਦੇਖੀ ਉਹਦੇ ਨਾਲ ਦੀ ਨਾਲ ਗੇਟ ਦੇ ਕਿੰਨੀ ਫਾਸਟ ਖੋਲਦੀ ਹੈ ਵੀ ਜਲਦੀ ਅੰਦਰ ਵੜ ਜਾਓ ਬਸ ਅਰੇ ਪੂਰੀ ਅੰਦਰੋਂ ਖੁਸ਼ ਹੋ ਰਹੀ ਹੈ ਬਿਲਕੁਲ ਉੱਲੂ ਬਣਾਇਆ ਬੜਾ ਮਜ਼ਾ ਆਇਆ 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 ਪੁੱਤ ਬੇਟਾ ਮੈਂ ਤੈਨੂੰ ਐ ਕਹਿਣਾ ਚਾਹੁੰਦਾ ਵੀ ਗੱਡੀ ਮੇਰੇ ਨਾਲ ਸਾਫ਼ ਤੂੰ ਕਰਾਈ ਅੱਜ ਮੰਮੀ ਨੂੰ ਗੱਪ ਮਾਰਦਾ ਸੀ ਮੈਂ ਤਾਂ ਫਿਰ ਆਈ ਸੀਰੀਅਸ ਹੋ ਗਈ ਮੈਂ ਸੱਚੀ ਨਹੀਂ ਆਉਂਦੇ ਮੈਂ ਚੱਲ ਵੀ ਚੱਲ ਆਇਆ ਹੁਣ ਇੱਕ ਦਿਨ ਹੋਰ ਮੰਮੀ ਕੋਲੇ ਸਵਾਦ ਗਾਲਤਾ ਬਿਮਾਰ ਹੋ ਗਈ ਯਾਰ ਠੰਡ ਮੰਨ ਗਈ ਠੰਡ ਮੰਨ ਕੇ ਕੱਟੀ ਬਿਮਾਰ ਹੋ ਗਈ ਮਰ ਗਈ ਬਹਿਣ ਦੇਣੀ ਹੋਰ ਯਾਰ ਮਰ ਗਈ ਮਾੜੀ ਮਿੱਟੀ ਆ ਧਰ ਦਾਂਗੇ ਆ ਟੰਬੇ ਜੇ ਪਏ ਤਾਂ ਹੈ ਉਹ ਮਚਾ ਪਿਆ ਸੀ ਉਹਦੇ ਹੋਰ ਹੈਗੇ ਤੇ ਸੁਣਾ ਜੇ ਤਾਂ ਅਸੀਂ ਮਚਾ ਪਿਆ ਆਹੀ ਟੰਬੇ ਜੇ ਧਰ ਦਾਂਗੇ ਕੁੱਤੇ ਵੇਲੇ ਤੂੰ ਹੀ ਆ ਆ ਉਹ ਸੂਲਾ ਨਾ ਕੁੱਤਾ ਲੰਜੀ ਕਹਿੰਦਾ ਯਾਰ ਆ ਰਹੇ ਤਾਰ ਪਈ ਬਈ ਡੂੰਗੇ ਤੇ ਜਾਂਦੇ ਆ ਪਈ ਤਾਰ ਕੰਡਿਆਂ ਵਾਲੀ ਉਹ ਵੀ ਇੱਕ ਜੇ